ਉਹਨਾਂ ਦੇ ਐਫਆਈ ਕਰਤੀ ਹੋਈ ਆਪਾਂ ਲੋਜ ਤੇ ਬਾਕੀ ਤਫਤੀਸ਼ ਜਾਰੀ ਹੈ ਜੋ ਵੀ ਆਪਾਂ ਤਫਤੀਸ਼ ਦੇ ਸਾਹਮਣੇ ਆਂਦਾ ਤੁਹਾਨੂੰ ਕਿੰਨੇ ਜਣੇ ਸਾਰੇ ਹੈਗੇ ਜੀ ਕੀ ਕਿੰਨੇ ਜਣੇ ਸੀ ਇਹ ਦੋ ਜਣੇ ਮੋਟਰਸਾਈਕਲ ਤੇ ਮਿਲੇ ਸਾਨੂੰ ਮੋਟਰਸਾਈਕਲ ਤੇ ਜੀ ਤੇ ਸਰ ਕੁੜੀ ਦੇ ਕੀ ਕੰਡੀਸ਼ਨ ਹੈਗੀ ਕੁੜੀ ਠੀਕ ਹੈ ਜੀ ਨੋਰਮਲ ਹੈ ਬਸ ਉਹਨੇ ਕੋਸ਼ਿਸ਼ ਕੀਤੀ ਅਟੈਂਪਟ ਕੀਤਾ ਸੀ ਇੱਕ ਸਨੈਚਿੰਗ ਕਰਨ ਦਾ ਤੇ ਨਾਲ ਡਿੱਗ ਪਈ ਸੀ ਕੁੜੀ ਥੋੜੀ ਬਾਕੀ ਸੇਫ ਆ ਕੁੜੀ ਕੋਈ ਜ਼ਿਆਦਾ ਸੱਟ ਵੇਖ ਨਹੀਂ ਲੱਗੀ ਸਰ ਰਾਤ ਨੂੰ ਆਪਣੇ ਨਾਕੇ ਕਿੰਨੇ ਵੀ ਚੱਲਦੇ ਨਾਕੇ ਜੀ ਹਰ ਇੱਕ ਚੌਂਕ ਚ ਨਾਕਾ ਚਪਾਲ ਚੌਂਕ ਗੋਲਵਾਰ ਚੌਂਕ ਮਾਝਾ ਚੌਂਕ ਸਾਰੇ ਨਾਕੇ ਐਕਟਿਵ ਹੈ ਤੁਸੀਂ ਕਿਸੇ ਵੀ ਟਾਈਮ ਆ ਕੇ ਚੈੱਕ ਕਰ ਸਕਦੇ ਸੀ ਅਸੀਂ ਆਪ ਐਜ਼ ਅ ਜੀਓ ਵੀ ਆ ਸਾਡੀ ਸੁਪਰਵਿਜ਼ਨ ਚ ਚੈਕਿੰਗ ਕਰਨ ਜਾਂਦੇ ਰਾਤ ਨੂੰ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਸਰ ਪੀਸੀਆਰ ਕਿੰਨੇ ਦੀ ਪੀਸੀਆਰ ਸਾਡੇ 8 ਤੋਂ 10 ਮੋਟਰ ਸਾਈਕਲ ਰਾਤ ਨੂੰ ਚੱਲਦੇ ਆ ਤੇ ਦਿਨੇ ਵੀ 6 ਤੋਂ 8 ਚੱਲਦੇ ਸਮਾਂ 24 ਘੰਟੇ ਚੱਲਦੇ ਆ ਜੀ ਮਾਰਨਿੰਗ ਡਿਊਟੀ ਹੁੰਦੀ ਆ 9 ਪਲੱਸ ਨਾਈਟ ਡਿਊਟੀ ਹੁੰਦੀ ਹੈ 8 ਸਵਾਰ ਇਹ ਮੇਜਰ ਸਿੰਘ ਜੀ ਇਹ ਕੀ ਘਟਨਾ ਵਾਪਰੀ ਹੈ ਜਿਹੜੀ ਅੱਜ ਬਾਬਾ ਮੁੰਡੇ ਕਿਹਾ ਜਾ ਰਿਹਾ ਇਹ ਜੀ ਲੜਕੀ ਆ ਰਹੀ ਸੀ ਆਪਣੇ ਬੋੜੀ ਚੌਂਕ ਤੋਂ ਤੇ ਫਾਟਕ ਦੇ ਅੱਗੇ ਕੁੜੀ ਦਾ ਫੋਨ ਖੋਣ ਪਿਆ ਤੇ ਕੁੜੀ ਨੇ ਬੜੀ ਹਿੰਮਤ ਦੇ ਨਾਲ ਚੋਰਾਂ ਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਉਹ ਡਿੱਗਦੀ ਕੁੜੀ ਨੇ ਬਾਈਕ ਨੂੰ ਹੱਥ ਪਾ ਲਿਆ ਤੇ ਉਹਦੇ ਨਾਲ ਘੜੀਸ ਦੀ ਹੈ 3 ਤੋਂ 4 ਕਿੱਲੇ ਤੇ ਸਾਨੂੰ ਬਾਅਦ 'ਚ ਪਤਾ ਲੱਗਾ ਅਸੀਂ ਉਹਦੇ ਮਗਰ ਮਗਰ ਕਾਫੀ ਮੋਟਰਸਾਈਕਲ ਭਜਾਇਆ ਪਰ ਕੁੜੀ ਨੇ ਆਪਣੀ ਹਿੰਮਤ ਨਹੀਂ ਆ ਰਹੀ ਤੇ ਫਿਰ ਅਸੀਂ ਜਿੰਡਾਲਾ ਚੌਂਕ ਦੇ ਵਿੱਚ ਫੜ ਲਿਆ ਉਹਨਾਂ ਨੂੰ ਪੁਲਿਸ ਕੋਲ ਇਹ ਮੰਗ ਕਰਦੇ ਹਾਂ ਕਿ ਜਿਹੜੀਆਂ ਚੋਰੀਆਂ ਹੁੰਦੀਆਂ ਵਾ ਜਾਂ ਗੈਂਗਸਟਰੀ ਵਧੀ ਹੋਈ ਆ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਵੱਧ ਤੋਂ ਵੱਧ ਨਾਕੇ ਤੇ ਜਿਹੜੇ ਆਪਣੇ ਵੱਧ ਤੋਂ ਵੱਧ ਤੇ ਕਾਰਵਾਈ ਕੀਤੀ ਜਾਵੇ। ਉਹਨਾਂ ਦੇ ਐਫਆਈ ਕਰਤੀ ਹੋਈ ਆਪਾਂ ਲੋਜ ਬਾਕੀ ਤਫਤੀਸ਼ ਜਾਰੀ ਹੈ ਜੋ ਵੀ ਆਪਾਂ ਤਫਤੀਸ਼ ਸਾਹਮਣੇ ਆਂਦਾ ਤੁਹਾਨੂੰ ਕਿੰਨੇ ਜਣੇ ਸਾਰੇ ਹੈਗੇ ਜੀ ਕਿੰਨੇ ਜਣੇ ਸੀ ਇਹ 2 ਜਣੇ ਮੋਟਰਸਾਈਕਲ ਤੇ ਮਿਲੇ ਸਾਨੂੰ ਮੋਟਰਸਾਈਕਲ ਤੇ ਜੀ ਤੇ ਸਰ ਕੁੜੀ ਦੇ ਕੀ ਕੰਡੀਸ਼ਨ ਹੈਗੀ ਕੁੜੀ ਠੀਕ ਹੈ ਜੀ ਨੋਰਮਲ ਹੈ ਬਸ ਉਹਨੇ ਕੋਸ਼ਿਸ਼ ਕੀਤੀ ਅਟੈਂਪਟ ਕੀਤਾ ਸੀ ਇੱਕ ਸਨੈਚਿੰਗ ਕਰਨ ਦਾ ਤੇ ਨਾਲ ਡਿੱਗ ਪਈ ਸੀ ਕੁੜੀ ਥੋੜੀ ਬਾਕੀ ਸੇਫ ਆ ਕੁੜੀ ਕੋਈ ਜ਼ਿਆਦਾ ਸੱਟ ਵੇਖ ਨਹੀਂ ਲੱਗੀ ਸਰ ਰਾਤ ਨੂੰ ਆਪਣੇ ਨਾਕੇ ਕਿੰਨੇ ਵੀ ਚੱਲਦੇ ਨਾਕੇ ਜੀ ਹਰ ਇੱਕ ਚੌਂਕ ਚ ਨਾਕਾ ਚਪਾਲ ਚੌਂਕ ਗੋਲਵਾਰ ਚੌਂਕ ਮਾਝਾ ਚੌਂਕ ਸਾਰੇ ਨਾਕੇ ਐਕਟਿਵ ਹੈ ਤੁਸੀਂ ਕਿਸੇ ਵੀ ਟਾਈਮ ਆ ਕੇ ਚੈੱਕ ਕਰ ਸਕਦੇ ਸੀ ਅਸੀਂ ਆਪ ਐਜ਼ ਅ ਜੀਓ ਵੀ ਆ ਸਾਡੀ ਸੁਪਰਵਿਜ਼ਨ ਚ ਚੈਕਿੰਗ ਕਰਨ ਜਾਂਦੇ ਰਾਤ ਨੂੰ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਸਰ ਪੀਸੀਆਰ ਕਿੰਨੇ ਦੀ ਪੀਸੀਆਰ ਸਾਡੇ 8 ਤੋਂ 10 ਮੋਟਰਸਾਈਕਲ ਰਾਤ ਨੂੰ ਚੱਲਦੇ ਆ ਤੇ ਦਿਨੇ ਵੀ 6 ਤੋਂ 8 ਚੱਲਦੇ ਸਮਾਂ 24 ਘੰਟੇ ਚੱਲਦੇ ਆ ਜੀ ਮਾਰਨਿੰਗ ਡਿਊਟੀ ਹੁੰਦੀ ਆ 9 ਪਲੱਸ ਨਾਈਟ ਡਿਊਟੀ ਹੁੰਦੀ ਹੈ 8 ਸਵਾਰ ਇਹ ਮੇਜਰ ਸਿੰਘ ਜੀ ਇਹ ਕੀ ਘਟਨਾ ਵਾਪਰੀ ਹੈ ਜਿਹੜੀ ਅੱਜ ਬਾਬਾ ਮੁੰਡਿਆਂ ਕਿਹਾ ਜਾ ਰਿਹਾ ਇਹ ਜੀ ਲੜਕੀ ਆ ਰਹੀ ਸੀ ਆਪਣੇ ਬੋੜੀ ਚੌਂਕ ਤੋਂ ਤੇ ਫਾਟਕ ਦੇ ਅੱਗੇ ਕੁੜੀ ਦਾ ਫੋਨ ਖੋਣ ਪਿਆ ਤੇ ਕੁੜੀ ਨੇ ਬੜੀ ਹਿੰਮਤ ਦੇ ਨਾਲ ਚੋਰਾਂ ਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਉਹ ਡਿੱਗਦੀ ਕੁੜੀ ਨੇ ਬਾਈਕ ਨੂੰ ਹੱਥ ਪਾ ਲਿਆ ਤੇ ਉਹਦੇ ਨਾਲ ਘੜੀਸ ਦੀ ਹੈ 3 ਤੋਂ 4 ਕਿੱਲੇ ਤੇ ਸਾਨੂੰ ਬਾਅਦ 'ਚ ਪਤਾ ਲੱਗਾ ਅਸੀਂ ਉਹਦੇ ਮਗਰ ਮਗਰ ਕਾਫੀ ਮੋਟਰਸਾਈਕਲ ਭਜਾਇਆ ਪਰ ਕੁੜੀ ਨੇ ਆਪਣੀ ਹਿੰਮਤ ਨਹੀਂ ਆ ਰਹੀ ਤੇ ਫਿਰ ਅਸੀਂ ਜਿੰਡਾਲਾ ਚੌਂਕ ਦੇ ਵਿੱਚ ਫੜ ਲਿਆ ਉਹਨਾਂ ਨੂੰ ਪੁਲਿਸ ਕੋਲ ਇਹ ਮੰਗ ਕਰਦੇ ਹਾਂ ਕਿ ਜਿਹੜੀਆਂ ਚੋਰੀਆਂ ਹੁੰਦੀਆਂ ਵਾ ਜਾਂ ਗੈਂਗਸਟਰੀ ਵਧੀ ਹੋਈ ਆ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਵੱਧ ਤੋਂ ਵੱਧ ਨਾਕੇ ਤੇ ਜਿਹੜੇ ਆਪਣੇ ਵੱਧ ਤੋਂ ਵੱਧ ਤੇ ਕਾਰਵਾਈ ਕੀਤੀ ਜਾਵੇ।